ਉੱਚਾ ਬੋਸਟਨ ਬਰੂਨਸ ਦਾ ਹੁਣ ਜਾਂਦੇ ਨੈਸ਼ਵਿਲ ਅਤੇ ਟੈਂਪਾ ਬੇ ਲਾਈਟਨਿੰਗ ਹਾਂਜੀ ਯੋਸੀ ਅਤੇ ਹੈਡਮੈਨ ਪਹਿਲੇ ਅਤੇ ਤੀਜੇ ਨੰਬਰ ਤੇ ਹੈਗੇ ਦੋਨੇ ਡਿਫੈਂਸਮੈਨ ਸਕੋਰਿੰਗ ਪੱਖੋਂ ਦੇਖਦੇ ਹੁਣ ਗੋਲ ਕਿੱਦਾਂ ਹੁੰਦਾ ਸਟੈਮਕੋਸ ਨੇ ਹੈਡਮੈਨ ਨੂੰ ਦੇਣਾ ਪਾਵਰ ਪਲੇ ਤੇ ਕਰ ਦੇਣਾ ਗੋਲ 20 ਗੋਲ ਕਰ ਚੁੱਕਾ ਇਸ ਸੀਜ਼ਨ ਕਮਾਲ ਕਰੀ ਜਾਂਦਾ ਵਿਕਟਰ ਹੈਡਮੈਨ ਹਾਂਜੀ 2-0 ਸਕੋਰ ਹੁਣ ਟੈਂਪਾ ਬੇ ਲਾਈਟਨਿੰਗ ਲਈ ਤੇ ਡੁਸ਼ੇਨ ਨੇ ਪਾਸ ਦੇਣਾ ਯੋਸੀ ਨੂੰ ਉਹਨੇ ਵੀ ਕਰ ਦੇਣਾ ਗੋਲ 90 ਪੁਆਇੰਟਸ ਕਰ ਚੁੱਕਾ ਪਹਿਲਾ ਖਿਲਾੜੀ ਹੈਗਾ ਜਿਹਨੇ 90 ਪੁਆਇੰਟਸ ਕੀਤੇ ਰੇ ਬੋਰਕ ਤੋਂ ਬਾਅਦ 93-94 ਚ ਬੋਰਕ ਨੇ ਵਿੱਚ ਕੀਤੇ ਸੀ 3-2 ਜਿੱਤ ਰਹੇ ਸੀ ਟੈਂਪਾ ਬੇ ਲਾਈਨਿੰਗ ਤੇ ਅੱਥੇ ਵੀ ਨਹੀਂ ਹੱਲੇ ਮੁੱਕੇ ਨਿਕੀਲਾ ਕੁਚਰੋਫ ਨੇ ਸਟੈਮਕੋਸ ਨੂੰ ਦੇਣਾ ਪਾਸ ਕਰ ਦੇਣਾ ਗੋਲ ਨੋ ਲੁੱਕ ਪਾਸ ਕੁਚਰੋਫ ਕਮਾਲ ਦਾ ਪਾਸ ਦਿੱਤਾ 35 ਗੋਲ ਕਰ ਚੁੱਕਾ ਹੁਣ ਸਟੀਵਨ ਸਟੈਮਕੋਸ 4-2 ਜਿੱਤ ਰਹੇ ਟੈਂਪਾ ਬੇ ਲਾਈਨਿੰਗ ਉਸ ਤੋਂ ਬਾਅਦ ਵਿਕਟਰ ਹੈਡਮੈਨ ਨੇ ਸ਼ਾਟ ਲਾਉਣਾ ਖੋਟਨ ਤੋਂ ਲੱਗ ਕੇ ਜਾਣਾ ਗੋਲਾਂ ਦੇ ਵਿੱਚ ਤੇ ਕਰ ਗਿਆ ਇੱਥੇ ਗੋਲ ਠੋਕਤਾ ਗੋਲ ਤਰਲੇਦਾਰ ਡਿਫੈਂਸਮੈਨ ਹੈਗਾ